ਨਾਨਕ ਨਾਮ ਚਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵੈਲਕਮ ਟੂ ði ਸਵਿਚ ਜਰਨੀ ਗਰਸ਼ਨ ਸਾਗਰ ਆਪ ਸਭ ਜੀ ਦਾ ਇਹਦੇ ਵਿੱਚ ਸਵਾਗਤ ਹੈ ਇਹ ਆਪ ਜੀ ਦਾ ਹੀ ਚੈਨਲ ਹੈ ਤੇ ਇੱਥੇ ਆਪਾਂ ਆਪਣੇ ਪ੍ਰਭੂ ਦੀਆਂ ਆਪਣੇ ਰੱਬ ਦੀਆਂ ਗੱਲਾਂ ਕਰਦੇ ਆਂ ਕਿ ਕਹਿੰਦੇ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰੇ ਦੇਖਦਾ ਰਵਾਂ ਤੇ ਜੇ ਅਸੀਂ ਆਪਣੇ ਪ੍ਰਭੂ ਨੂੰ ਦੇਖਦੇ ਰਹੀਓ ਦੀਆਂ ਗੱਲਾਂ ਕਰਦੇ ਰਹੀਏ ਤੇ ਦੁੱਖ ਦੇ ਲਿੱਦਰ ਛੋਟੇ ਮੋਟੇ ਆਪੇ ਦੂਰ ਹੋ ਜਾਂਦੇ ਆਂ ਤੇ ਅੱਜ ਆਪਣੇ ਨਾਲ ਨੇ ਦਿੱਲੀ ਤੋਂ ਆਪਣੇ ਪੁਰਾਣੇ ਸੇਵਾਦਾਰ ਦਾਸ ਜੜਵਿੰਦਾ ਦਾਸ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਅਸੀਂ ਸਾਰੇ ਬਿਜਲੀ ਬਿਜਲੀ ਭਾਜੀ ਕਿਆ ਕਰਦੇ ਸੀ ਲੋਨੀ ਦਰਬਾਰ ਦੇ ਵਿੱਚ ਜਦੋਂ ਰਿਆ ਕਰਦੇ ਸੀ ਤੇ ਆਪ ਜੀ ਨੇ ਇਹਨਾਂ ਨੂੰ ਪਹਿਲੋਂ ਵੀ ਸੁਣਿਆ ਇਹਨਾਂ ਦੀ ਪਹਿਲੋਂ ਵੀ ਕੀ ਕਹਿੰਦੇ ਮਹਾਰਾਜ ਜੀ ਦੇ ਨਾਲ ਡੇਰੇ ਸਾਹ ਦੇ ਵਿੱਚ ਜੋ ਵੀ ਇਕਟਨਾਵਾਂ ਹੋਈਆਂ ਸਾਕੀਆਂ ਰੋਈਆ ਆਪ ਜੀ ਨੇ ਸੁਣਿਆ ਤੇ ਅੱਜ ਫਿਰ ਇਹ ਸਾਡੇ ਨਾਲ ਨੇ ਕਿਉਂਕਿ ਕਹਿੰਦੇ ਆ ਨਾ ਕਿ ਮਹਾਰਾਜ ਜੀ ਦੀ ਜਦੋਂ ਗੱਲ ਕਰਦੇ ਆ ਤੇ ਉਹ ਦੋ ਅੱਖਰਾਂ ਚ ਨਹੀਂ ਨਿੰਬੜ ਸਕਦੀ ਉਹਦੇ ਵਾਸਤੇ ਸਮਾਂ ਚਾਹੀਦਾ ਉਹਦੇ ਵਾਸਤੇ ਟਾਈਮ ਚਾਹੀਦਾ ਤੇ ਜਿੰਨੀ ਮਰਜੀ ਉਸ ਪ੍ਰਭੂ ਦੀ ਗੱਲ ਕਰੀਏ ਉਹ ਅਥਾ ਸਾਗਰ ਉਹ ਖਤਮ ਨਹੀਂ ਹੁੰਦੀ ਕਿ ਇੰਨਾ ਕੁ ਛੋਟੇ ਕਹਿੰਦੇ ਕਹਿੰਦੇ ਛੋਟੇ ਸੇ ਟਾਈਮ ਦੇ ਵਿੱਚ ਕਿੰਨਾ ਲੰਬਾ ਸਮਾਂ ਜੀ ਲਿਆ ਕਿੰਨੀ ਵੱਡੀ ਜ਼ਿੰਦਗੀ ਜੀ ਲਈ ਕਹਿੰਦਾ ਭਾਵ ਕਿ ਛੋਟੇ ਸਮੇਂ ਦੇ ਵਿੱਚ ਰੱਬ ਦੀ ਜਿਹੜੀ ਗੱਲ ਸਾਡੇ ਦਾਤੇ ਦੀ ਗੱਲ ਮਹਾਰਾਜ ਦਰਸ਼ਨ ਦਾਸ ਦੀ ਗੱਲ ਪੂਰੀ ਨਹੀਂ ਹੋ ਸਕਦੀ ਤੇ ਮੈਂ ਆਸ ਕਰਨਾ ਆਪ ਸਭ ਜੀ ਨੂੰ ਇਹ ਜੋ ਅਸੀਂ ਇੰਟਰਵਿਊ ਕਰਦੇ ਆ ਆਪਣੇ ਪਿਆਰਿਆਂ ਦੇ ਨਾਲ ਉਹਨਾਂ 'ਚ ਕੁਛ ਨਾ ਕੁਝ ਜ਼ਰੂਰ ਮਿਲਦਾ ਹੋਏਗਾ ਤੇ ਖੁਸ਼ੀ ਹੁੰਦੀ ਹੈ ਜਦੋਂ ਪੈਣਾ ਭਰਾ ਇਹ ਕਹਿੰਦੇ ਨੇ ਕਿ ਅਸੀਂ ਇਹ ਸੁਣਦੇ ਆ ਤੇ ਸਾਨੂੰ ਸੱਚਖਰ ਨਾਨਕਤਾਮ ਦੀ ਹਿਸਟਰੀ ਬਾਰੇ ਜਾਣਕਾਰੀ ਹੁੰਦੀ ਹੈ ਜਿਹਦਾ ਕਿ ਪਹਿਲਾਂ ਪਤਾ ਨਹੀਂ ਸੀਗਾ ਖਾਸ ਕਰਕੇ ਨਵੇਂ ਸੇਵਕਾਂ ਵਾਸਤੇ ਪੁਰਾਣੇ ਸੇਵਕਾਂ ਨੂੰ ਵੀ ਕਈ ਗੱਲਾਂ ਨਹੀਂ ਪਤਾ ਸੀਗੀਆਂ ਕਿਉਂਕਿ ਹਰ ਥਾਂ ਤੇ ਹਰ ਬੰਦਾ ਨਹੀਂ ਰਹਿ ਸਕਦਾ ਤੇ ਉਹਨਾਂ ਨੂੰ ਵੀ ਇਹ ਸੁਣ ਕੇ ਆਨੰਦ ਆਉਂਦਾ ਤੇ ਕੱਲ ਫੋਨ ਆਇਆ ਸੀ ਸਾਡੇ ਭੈਣ ਜੀ ਦਾ ਤੇ ਉਹ ਕਹਿੰਦੇ ਕਿ ਅਗਰ ਇਹਦੇ ਵਿੱਚ ਆਪਾਂ ਹੋਰ ਭਾਸ਼ਾ ਵੀ ਐਡ ਕਰੀਏ ਤਾਂ ਕਿ ਯੰਗਸਟਰ ਜੋ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਤੇ ਇੰਗਲਿਸ਼ ਸਮਝ ਆਉਂਦੀ ਹੈ ਜਾਂ ਹਿੰਦੀ ਸਮਝ ਆਉਂਦੀ ਹੈ ਤੇ ਉਹਨਾਂ ਨੂੰ ਵੀ ਇਹ ਸਮਝ ਆਵੇ ਤਾਂ ਕਿ ਉਹ ਵੀ ਇਸ ਪਾਸੇ ਲੱਗਣ ਤੇ ਆਪਾਂ ਚਲਦੇ ਆ ਸਾਡੇ ਦਾਸ ਜੜਵਿੰਦਾ ਦਾਸ ਜੀ ਜਗੀਰ ਭਾਜੀ ਨੂੰ ਕਿ ਜੋ ਬਾਕੀ ਮਹਾਰਾਜ ਜੀ ਦਾ ਇਕੰਦੇ ਆ ਕਿ ਯਾਦਗਾਰਾਂ ਉਹਨਾਂ ਦੇ ਨਾਲ ਰਹਿ ਗਈਆਂ ਨੇ ਅੱਜ ਸ਼ੇਅਰ ਕਰਨ ਵਾਸਤੇ ਜਗੀਰਪਾ ਜੀ ਨਾਨਕਨਾਮ ਚੜਦੀ ਕਲਾ ਤੇਰੇ ਭਾਣੇ ਤੇਰੇ ਭਾਣੇ ਸਰਬੱਤ ਦਾ ਕਲਾ ਵੈਲਕਮ ਪਰਾਜੀ ਵੈਲਕਮ ਆਪ ਜੀ ਦਾ ਸਵਿਚਲ ਜਰਨੀ ਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਟਾਈਮ ਦੇਣ ਤੇ ਤੇ ਇਹ ਦੱਸੋ ਅੱਜ ਕਿੱਥੇ ਹੋ ਸਰ ਜੀ ਅਸੀਂ ਲੋਣੀ ਡੇਰੇ ਹੈਗੇ ਜੀ ਅੱਛਾ ਜੀ ਲੋਣੀ ਦਰਬਾਰ ਚ ਹਾਂਜੀ ਜੀ ਅਚ ਲੋਣੀ ਦਰਬਾਰ ਚ ਹਾਂਜੀ ਚਲੋ ਇਹ ਭਾਗਾ ਵਾਲੀ ਧਰਤੀ ਹੈ ਜਿੱਥੇ ਆਪ ਜੀ ਬੈਠੇ ਹੋ ਸਵਰਗ ਦੇ ਵਿੱਚ ਬੈਠੇ ਹੋ ਤੇ ਇਹ ਉਹ ਸਵਰਗ ਹੈ ਕਿ ਜਿੰਨੂੰ ਅਸੀਂ ਕੀ ਕਹਿੰਦੇ ਲੋਚਦੇ ਆ ਕਿ ਕਦੋਂ ਇੰਡੀਆ ਜਾਵਾਂਗੇ ਉੱਥੇ ਫਿਰ ਜਾ ਕੇ ਆਵਾਂਗੇ ਤੇ ਜੋ ਜਾਈਦਾ ਤੇ ਮਹਿਮਾਨਾ ਵਾਂਗੂ ਜਾਈਦਾ ਤੇ ਆਪ ਜੀ ਜੰਨਤ ਦੇ ਵਿੱਚ ਔਰ ਰੱਬ ਦੀ ਜੰਨਤ ਉਹ ਸਰਤੀ ਦਿਓ ਜਿੱਥੇ ਉਹ ਨੇ ਇਨੀਆਂ ਕੋਤਕਾ ਕੀਤੀ ਜਗੀਰਪਾ ਜੀ ਅੱਜ ਦੱਸੋ ਕਿ ਆਪ ਜੀ ਸਾਡੇ ਵਾਸਤੇ ਕੀ ਲੈ ਕੇ ਆਏ ਹੋ ਮਰਦ ਦਰਸ਼ਨ ਦਾਸ ਦੀ ਉਹ ਕਿਰਪਾ ਤੇ ਰਹਿਮਤ ਕੁਝ ਉਸ ਮਹਾਰੇ ਦਰਸ਼ਨ ਦਾਸ ਜੀ ਦੀ ਉਪਮਾ ਮਹਿਮਾ ਹੈ ਜੀ ਜੋ ਕੁਝ ਵੀ ਹਨ ਮਹਾਰੇ ਦਰਸ਼ਨ ਦਾਸ ਜੀ ਹਨ ਜੀ ਪਰ ਆਪ ਜੀ ਦਾ ਵੀ ਕੋਟੀ ਕੋਟ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਆਪ ਜੀ ਨੇ ਬਹੁਤ ਵੱਡਾ ਸਟੈਪ ਚੁੱਕਿਆ ਹੈ ਔਰ ਆਪ ਜੀ ਦੇ ਥਰੂ ਅਸੀਂ ਵੀ ਮਾਰੇ ਦਰਸ਼ਨ ਦਾ ਜੀ ਦਾ ਇਤਿਹਾਸ ਦੱਸ ਪਾ ਰਹੇ ਹਾਂ ਪ੍ਰਸ਼ੰਤਾ ਤੱਕ ਤੁਹਾਡੀ ਵਜਾ ਕਰਕੇ ਪਹੁੰਚ ਰਿਹਾ ਹੈ ਤੁਹਾਡੇ ਉੱਤੇ ਮਾਰੇ ਦਰਸ਼ਨ ਦਾ ਜੀ ਦੀ અપਾਰ ਕਿਰਪਾ ਹੈ ਕਿ ਆਪ ਜੀ ਨੇ ਸ਼ੁਰੂ ਕੀਤਾ ਹੈ ਤੇ ਦਰਸ਼ਨ ਦਾਸ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਹੈ ਤੁਹਾਨੂੰ ਵੀ ਵਡਿਆਈ ਉਹਨਾਂ ਬਖਸ਼ੀ ਹੈ ਦੇਣ ਵਾਲੇ ਦੇ ਸਤਿਗੁਰੂ ਜੀ ਸਾਨੂੰ ਵਡਿਆਈਆਂ ਔਰ ਤੁਹਾਡੇ ਕੇ ਪਰ ਕਿਰਪਾ ਨਾਲ ਕੀਤੀ ਹੈ ਸਾਡੇ ਤੇ ਵੀ અપਾਰ ਕਿਰਪਾ ਕੀਤੀ ਕਿ ਜਿਹੜਾ ਸਾਨੂੰ ਮੌਕਾ ਤੁਹਾਡੇ ਥਰੂ ਮਾਰੇ ਦਰਸ਼ਨ ਦਾ ਜੀ ਦਾ ਇਤਿਹਾਸ ਦੱਸਣ ਦਾ ਮਾਰੇ ਜੀ ਗੱਲਾਂ ਦੱਸਣ ਦਾ ਸਾਨੂੰ ਮੌਕਾ ਮਿਲ ਰਿਹਾ ਸੋ ਇਸ ਦਿਨ ਆਲਾ ਸਿ ਸ਼ੁਰੂ ਕਰਾਂਗੇ ਸਭ ਤੋਂ ਪਹਿਲ ਨੂੰ ਅਸੀਂ ਇਹ ਦੱਸ ਰਹੇ ਹਾਂ ਕਿ ਇੱਥੇ ਇੱਕ ਮਹਾਰਾਜ ਦਰਸ਼ਨ ਦਾਸ ਜੀ ਨੇ ਆਪ ਆਪਣੇ ਸਿਰ ਦੇ ਉੱਤੇ ਤਸਲੇ ਢੋਟ ਹੋ ਕੇ ਨਾਲ ਹੋਰ ਵੀ ਸੰਗਤਾਂ ਸੰਨ ਸੇਵਾਦਾਰ ਸੰਸਾਰੇ ਸ਼ੁਰੂ ਦੇ ਵਿੱਚ ਇੱਥੇ ਥੜਾ ਬਣਾਇਆ ਸੀ ਮਹਾਰਾਜ ਦਰਸ਼ਨ ਦਾਸ ਜੀ ਨੇ ਉਹ ਥੜਾ ਸ਼ਾਇਦ ਤੁਸੀਂ ਵੀ ਦੇਖਿਆ ਹੋਏਗਾ ਉਹ ਘਟ ਤੋਂ ਘਟ ਤਿੰਨ ਚਾਰ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਸੀ ਉਹਦੇ ਤੇ ਜੀ ਘਟ ਤੋਂ ਘਟ 3 ਫੁੱਟ ਉੱਚ ਤਕਰੀਮਾਂ ਸੀਗਾ ਉਹਦੇ ਤੇ ਮਹਾਰਾਜੀ ਕੀਰਤਨ ਡੱਬਿਆਂ ਨਾ ਕਰਦੇ ਹੁੰਦੇ ਸੀ ਜੀ ਸ਼ਬਦ ਸੰਗ ਕਰਦੇ ਸੀਗੇ ਔਰ ਉਹ ਥੜੇ ਦਿੱਤੇ ਸੰਗਤਾਂ ਬੈਠਦੀਆਂ ਸੀ ਮਹਾਰਾਜ ਦੀ ਉੱਥੇ ਗੱਦੀ ਲੱਗਦੀ ਸੀਗੀ ਦਰਬਾਰ ਸਾਹਿਬ ਵਾਲੇ ਪਾਸੇ ਦਰਬਾਰ ਸਾਹਿਬ ਦੇ ਅੱਗੇ ਖੜਾ ਸੀਗਾ ਜੀ ਜੀ ਤੇ ਉਹ ਥੜਾ ਮਹਾਰਾਜ ਦਰਸ਼ਨ ਦਾਸ ਜੀ ਸਭ ਕੁਝ ਕਰ ਵੀ ਜਾਂਦੇ ਸੀ ਤੇ ਬੰਦੇ ਦੇ ਦਿਮਾਗ 'ਚ ਵੀ ਨਹੀਂ ਆਉਂਦੇ ਨਹੀਂ ਸੰਗਤ ਦੇ ਦਿਮਾਗ 'ਚ ਵੀ ਨਹੀਂ ਆਇਆ ਇੱਕ ਦਿਨ ਸਾਨੂੰ ਕਹਿੰਦੇ ਪੁੱਤਰ ਉਹ ਥੜਾ ਕਿੱਥੇ ਗਿਆ ਸਾਡੇ मुंह ਆਪ ਹੀ ਸ਼ਾਦ ਉਹਨਾਂ ਨੇ ਕਢਾ ਲਿਆ ਮਹਾਰਾਜ ਜੀ 33 ਕਰੋੜ ਦੇਵੀ ਦੇਵਤੇ ਤੁਸੀਂ ਡਿਫਟੀ ਲਾਤੀ ਹੋਣੀ ਹੈ ਮੁੱਠੀ ਮੁੱਠੀ ਮਿੱਟੀ ਆਈ ਹੋਏਗੀ ਉਹ ਚੋਕੇ ਪਤਾ ਨਹੀਂ ਕਿਥੇ ਲੈ ਗਏ ਹੋਣਗੇ ਜੀ ਤੁਹਾਨੂੰ ਪਤਾ ਹੋਵੇ ਜੀ ਤੇ ਮਹਾਰਾਜ ਇੱਕ ਤਾੜੀ ਮਾਰ ਕੇ ਹੱਸ ਪਏ ਉਹ ਥੜਾ ਭਾਜੀ ਬਿਲਕੁਲ ਪਲੇਨ ਹੋ ਗਿਆ ਸੀਗਾ ਔਰ ਕਿਸੇ ਦੇ ਦਿਮਾਗ 'ਚ ਵੀ ਨਹੀਂ ਆਈ ਕਿ ਉਹ ਥੜਾ ਕਿੱਧਰ ਗਿਆ ਉਹਨਾਂ ਨੇ ਆਪ ਹੀ ਸਾਨੂੰ ਕਿਹਾ ਕਿ ਸਾਡੇ ਦਿਮਾਗ 'ਚ ਆਈ ਕਿ ਹਾਂ ਯਾਰ ਉਹ ਥੜਾ ਕਿੱਧਰ ਗਿਆ ਇਹੋ ਜਿਹਾ ਕੋਟਿੰਗ ਮਹਾਰਾ ਹੀ ਕਰ ਜਾਂਦੇ ਸੀਗੇ ਔਰ ਦੂਜਾ ਇਹ ਹੈ ਕਿ ਇਥੇ ਜੋੜੇਕਰ ਜਿਹੜਾ ਡੇਰਾ ਸਾਬ ਤੋਂ ਬਾਹਰ ਹੁੰਦਾ ਸੀ ਜਿੱਥੇ ਟਰਾਂਸਫਾਰਮਰ ਸਾਡਾ ਅੱਜ ਲੱਗਾ ਆਇਆ ਜੀ ਜੋ ਸੰਗਤਾਂ ਆਂਦੀਆਂ ਸੀ ਉੱਥੇ ਜੋੜੇ ਲਾਂਦੀਆਂ ਸੀ ਤੇ ਉੱਥੇ ਬਿੱਲੂ ਤੇ ਸੱਤੇ ਦੀ ਡਿਊਟੀ ਲੱਗੀ ਹੁੰਦੀ ਸੀ ਹਾਂ ਹਾਂਜੀ 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 ਸੱਤਾ ਤੇ ਬਿੱਲੂ ਦੀ ਡਿਫਟੀ ਹੁੰਦੀ ਸੀ ਜੋੜੇਕਰ ਜੋੜੇਕਰ ਡੇਰੇ ਤੋਂ ਬਾਹਰ ਮਾਰੇ ਨੇ ਰੱਖਿਆ ਸੀਗਾ ਬੜੀ ਸੰਗਤਾਂ ਨੇ ਕਿਹਾ ਕਿ ਮਹਾਰਾਜੀ ਜਿਹੜਾ ਸਾਡਾ ਜਿਹੜਾ ਜੋੜੇਕਰ ਹੈ ਇਹ ਤੁਸੀਂ ਮਤਲਬ ਕਿ ਅੰਦਰ ਸਤਸੰਗ ਹਾਲ ਦੇ ਲਾਗੇ ਬਣਾਓ ਸਾਡੇ ਪੈਰ ਸੜ ਜਾਂਦੇ ਨੇ ਸਰਦੀਆਂ ਇਹ ਕਹਿੰਦੇ ਜੀ ਸਾਡੇ ਪੈਰ ਠਰ ਜਾਂਦੇ ਨੇ ਠੰਡ ਚੜ ਜਾਂਦੀ ਸਾਨੂੰ ਤੇ ਮਹਾਰਾਜ ਕਹਿੰਦੇ ਨਹੀਂ ਜੋੜੇ ਘਰ ਬਾਹਰ ਹੀ ਰਹੇਗਾ ਔਰ ਅਸੀਂ ਜੋ ਸੇਵਾ ਅਸੀਂ ਜੋ ਸੇਵਾ ਮੈਂ ਇੱਥੇ ਨਾਲ ਥੋੜਾ ਜੋੜਨਾ ਚਾਹੁੰਦਾ ਸੋਰੀ ਮੈਂ ਤੁਹਾਨੂੰ ਰੋਕਿਆ ਕਿ ਉਹਨਾਂ ਕਹਿੰਿਆ ਨਹੀਂ ਜੋੜੇ ਘਰ ਇੱਥੇ ਬਣੇਗਾ ਤੇ ਲੋਕੀ ਕਹਿੰਦੇ ਸਾਡੇ ਪੈਰ ਸੜਦੇ ਨੇ ਉਹ ਕਹਿੰਦੇ ਨਹੀਂ ਜਦੋਂ ਇਸ਼ਕ ਹੋ ਜਾਂਦਾ ਤੇ ਉਦੋਂ ਫੇ ਉਹ ਕੀ ਕਹਿੰਦੇ ਨੇ ਸਜਣਾਵੇ ਸਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਚਿੱਤ ਕਰੇ ਕੱਕੇ ਕੱਕੇ ਰੇਤਿਆਂ ਨੂੰ ਚੁੰਮ ਲਵਾਂ ਤੇ ਭਾਵੇਂ ਸਾਡੇ ਸੜਦੇ ਨੇ ਪੈਰ ਸਜਣਾ ਦਰਸ਼ਨਾਵੇ ਦਰਸ਼ਨਾ ਸੁਣ ਦਰਸ਼ਨਾ ਭਾਵੇਂ ਉੱਤੇ ਪੈਰ ਸੜਦੇ ਵੀ ਸੀ ਪਰ ਦਰਸ਼ਨ ਦਾਸ ਦੀ ਇੱਕ ਚਲਕ ਦੇਖਣ ਵਾਸਤੇ ਮਨ ਲੋਚਦਾ ਸੀ ਪਤਾ ਹੀ ਨਹੀਂ ਲੱਗਦਾ ਸੀ ਕਿ ਪੈਰ ਸੜਦੇ ਜਾਂ ਨਹੀਂ ਸੜਦੇ ਜੀ ਅੱਗੇ ਦੱਸੋ ਹਾਂਜੀ ਉਹ ਫਿਰ ਸਾਡੇ ਅਸੀਂ ਲੋਕ ਮਤਲਬ ਡੇਰੇ ਵਿੱਚ ਨੰਗੇ ਪੈਰੀ ਸੇਵਾ ਕਰਦੇ ਸਾਂ ਜੀ ਚप्पल ਪਾਉਣ ਦਾ ਜੁੱਤੀ ਪਾਉਣ ਦਾ ਹੁਕਮ ਨਹੀਂ ਸੀ ਜੀ ਮਾਰੇ ਦਰਸ਼ਨ ਦਾਸ ਜੀ ਇਹ ਸ਼ੁਰੂ ਸ਼ੁਰੂ ਦੀਆਂ ਗੱਲਾਂ ਨੇ ਮਾਰੇ ਦਰਸ਼ਨ ਦਾਸ ਜੀ ਖੜਾਵਾ ਪਾਉਂਦੇ ਸਨ ਜੀ ਅਸੀਂ ਲੋਕ ਨੰਗੇ ਪੈਰੀ ਗਰਮੀ ਹੋਵੇ ਸਰਦੀ ਹੋਵੇ ਨੰਗੇ ਪੈਰੀ ਸੇਵਾ ਕਰੀਦੀ ਸੀ ਜਦੋਂ ਕਿਤੇ ਜਾਣਾ ਹੁੰਦਾ ਸੀ ਮਾਰੇ ਭੇਜਦੇ ਸੀ ਜਾਓ ਦਲੋਰੀ ਨੂੰ ਮਠਿਆਈ ਲਿਆ ਆ ਜਾਂ ਸ਼ਾਹਰੂ ਫਲਾਨੀ ਜੀ ਲਿਆ ਆ ਤੇ ਉਸ ਟਾਈਮ ਅਸੀਂ ਚੱਪਲਾਂ ਹੱਥ 'ਚ ਫੜ ਕੇ ਜੁਤੀ ਹਾਤੇ ਜਿਪੜ ਕੇ ਬਾਹਰ ਜਾ ਕੇ ਪਾਉਂਦੇ ਸਾਂ ਡੇਰੇ ਤੋਂ ਬਾਉਂਡਰੀ ਤੋਂ ਬਾਹਰ ਜਾ ਕੇ ਫੇਰ ਪਾਉਂਦੇ ਸਾਂ ਜੀ ਇੱਕ ਵਾਰੀ ਅਸੀਂ ਉਦੋਂ ਮੁੰਡੇ ਖੁੰਡੇ ਸਾਂ ਪੰਜ ਸੱਤ ਮੁੰਡੇ ਅਸੀਂ ਖੜੇ ਸਾਂ ਤੇ ਉਹ ਗੱਲਾਂ ਕਰ ਰਹੇ ਸਾਂ ਉਹ ਜਿੱਥੇ ਜੋੜੇ ਘਰ ਸੀ ਉਹਦੇ ਲਾਗੇ ਹੀ ਖੜੇ ਸਾਂ ਬੈਕ ਸ਼ੈਡ ਤੇ ਜੀ ਜੀ ਇੱਕ ਲੰਬਾ ਜਿਹਾ ਬਾਊ ਸੀਗਾ ਲੰਬੀ ਜੋਦੀ ਘਰ ਦੀ ਸੀਗੀ ਉਹਨਾਂ ਦਾ ਅੱਜ ਵੀ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਰਮਨ ਪਮਨ ਜੀ ਗੱਦੀ ਭੁਗਤ ਰਹੀ ਸੀ ਜੀ ਜੋ ਜਦੋਂ ਗਏ ਉਦੋਂ ਵੀ ਕੁਦਰਤੀ ਉਹਨਾਂ ਨੂੰ ਵੇਖਿਆ ਸੀ ਉਹ ਭੱਜੇ ਗਏ ਪੰਜਿਆਂ ਭਾਰ ਅਡੀਆਂ ਚੁੱਕ ਕੇ ਪੈਰ ਛੱਡਦੇ ਸੀਗੇ ਭੱਜੇ ਹੀ ਗਿਆ ਜੀ ਤੇ ਜਦੋਂ ਆਏ ਉਦੋਂ ਵੀ ਉਹ ਭੱਜੇ ਆ ਰਹੇ ਸੀ ਕਹੀ ਉਹਦੇ ਖਲੋਤੇ ਸੀ ਉਹ ਜੋੜੇ ਪਾ ਕੇ ਨਾ ਤੇ ਸਾਨੂੰ ਕਹਿਣ ਲੱਗੇ ਕਹਿੰਦੇ ਭਾਜੀ ਫਿਰ ਪੈਰ ਨਹੀਂ ਛੱਡ ਰਹੇ ਜੀ ਅਸੀਂ ਕਹਿੰਦੇ ਨਹੀਂ ਜੀ ਸਾਡੇ ਪੈਰ ਨਹੀਂ ਛੱਡ ਰਹੇ ਜੀ ਇਹ ਤਾਂ ਤੁਸੀਂ ਤੇ ਬੜੇ ਆਰਾਮ ਨਾਲ ਖੜੇ ਹੋ ਜਿਵੇਂ ਠੰਡੀ ਜਗ੍ਹਾ ਤੇ ਖੜੇ ਹੋ ਮੈਨੂੰ ਜੀ ਸਾਨੂੰ ਮਾਰਾ ਜਾਂ ਮਾਰਾ ਜਾਂ ਮਹਿਸੂਸ ਹੋ ਰਿਹਾ ਹੈ ਇੱਥੇ ਗਰਮ ਜਗ੍ਹਾ ਤੇ ਖੜੇ ਹਾਂ ਇਹ ਜੂਨ ਜੁਲਾਈ ਦਾ ਮਹੀਨਾ ਸੀਗਾ ਜੀ ਤੇ ਲੇਕਿਨ ਸਾਡੇ ਪੈਰ ਨਹੀਂ ਛੱਡ ਰਹੇ ਵੇਖੋ ਮਹਾਰਾਜ ਦਰਸ਼ਨ ਦਾਸ ਜੀ ਦੀ ਕਿਰਪਾ ਜਿ ਉਹਨਾਂ ਸਾਨੂੰ ਕਿਹਾ ਵੀ ਨੰਗੇ ਪੈਰੀ ਸੇਵਾ ਕਰਨੀ ਐ ਜੋੜੇ ਨਹੀਂ ਪਾਉਣੇ ਇਹਨਾਂ ਸਤਿਕਾਰ ਕਰਦੇ ਸੀ ਮਹਾਰਾਜ ਡੇਰੇ ਦਾ ਵੀ ਜੋੜੇ ਕਰਨ ਬਾਹਰ ਰੱਖਿਆ ਸੀ ਔਰ ਅੰਦਰ ਅਸੀਂ ਵੀ ਨੰਗੇ ਪੈਰੀ ਸੇਵਾ ਕਰਦੇ ਸੀ ਸ਼ਰਦੀ ਹੋਵੇ ਤੇ ਭਾਵੇਂ ਗਰਮੀ ਹੋਵੇ ਤੇ ਸਾਡੇ ਪੈਰ ਨਾਲ ਛੱਡਦੇ ਸੀ ਤੇ ਨਾ ਕਦੀ ਠਰਦੇ ਸੀ ਨਾ ਠੰਡੀ ਚੜਦੀ ਸੀ ਇਹ ਉਹਦਾ ਬਚਨ ਹਾਂਜੀ ਸਾਨੂੰ ਉਦੋਂ ਪਤਾ ਲੱਗਾ ਕਿ ਯਾਰ ਸਾਡੇ ਪੈਰ ਨਹੀਂ ਛੱਡ ਰਹੇ ਉਦੋਂ ਗੱਲ ਹੋਈ ਲੇਕਿਨ ਬਾਅਦ ਵਿੱਚ ਮਾਰੇ ਨੇ ਫਿਰ ਸਾਡੇ ਦਿਮਾਗ ਚੋਂ ਗੱਲ ਕੱਢ ਛੜੀ ਨਹੀਂ ਤੇ ਅਸੀਂ ਲੋਕਾਂ ਨੂੰ ਕਹਿੰਦੇ ਵੇਖੋ ਸੰਗ ਤੋਂ ਤੁਹਾਡੇ ਪੈਰ ਛੱਡ ਰਹੇ ਸਾਡੇ ਨਹੀਂ ਛੱਡ ਰਹੇ ਲੇਕਿਨ ਉਹਨਾਂ ਬਾਅਦ ਫਿਰ ਸਾਡੇ ਦਿਮਾਗ ਚੋਂ ਕੱਢਦੀ ਲੇਕਿਨ ਅਸਾਸ ਵੀ ਕਰਵਾਤਾ ਇਤਿਹਾਸ ਦੱਸਣ ਵਾਸਤੇ ਕਿ ਸਾਡੇ ਪੈਰ ਛੱਡਦੇ ਨਹੀਂ ਸੀ ਜਿੱਦੇ ਨੰਗੇ ਪੈਰ ਵੀ ਹੁਣ ਕੋਈ ਬੰਦਾ 5 ਮਿੰਟ ਨਹੀਂ ਖੜਾ ਹੋ ਸਕਦਾ ਪੂਰਾ ਪੂਰਾ ਦਿਨ ਨਹੀਂ ਖੜੇ ਰਹਿੰਦੇ ਸਾਂ ਇਹ ਮਹਾਰਾਜ ਦੀ ਕਿਰਪਾ ਸੀ ਇੰਦੇ ਇੱਕ ਸਾਕੀ ਸਰਾਈ ਸੀ ਜਿਸ ਵਸੇ ਮਹਾਰਾਜ ਜੀ ਉਹਨਾਂ ਨੇ ਕਿ شیخ ਸਾਦੀ ਖਾਬ ਸੀ ਪਤਾ ਨਹੀਂ ਉਹਨਾਂ ਦਾ ਨਾਂ ਤੇ ਜਦੋਂ ਛੋਟੇ ਹੁੰਦੇ ਸੀਗੇ ਤੇ ਉਹ ਨਵਾਜ ਪੜਨ ਜਾਣਾ ਰੇਤਾ ਦੇ ਉੱਤੋਂ ਦੀ ਤੇ ਪੈਰ ਸੜ ਜਣੇ ਤੇ ਉਹਨਾਂ ਨੇ ਬੜਾ ਜਾ ਕੇ ਸ਼ਿਕਾਇਤ ਕਰਨੀ ਜਦੋਂ ਨਵਾਜ ਪੜਨ ਜਾਣਾ ਕਿ ਖੁਦਾ ਮੈਂ ਨਵਾਜ ਪੜਨ ਆਨਾ ਮੇਰੇ ਪੈਰ ਸੜਦੇ ਨੇ ਮੇ ਕੋ ਚੱਪਲਾ ਵੀ ਨਹੀਂ ਹੈਗੀਆਂ ਮੇ ਕੋ ਚੱਪਲਾ ਵੀ ਨਹੀਂ ਹੈਗੀਆਂ ਤੂੰ ਮੈਨੂੰ ਚੱਪਲਾ ਵੀ ਨਹੀਂ ਦੇ ਸਕਦਾ ਠੀਕ ਹੈ ਤੇ ਇਹੋ ਹੀ ਕਰਨਾ ਰੋਜ਼ ਕਰਨਾ ਰੋਜ਼ ਇੱਕ ਦਿਨ ਉਹ ਜਾ ਰਿਹਾ ਤੇ ਉਹਨਾਂ ਦੇਖਿਆ ਕਿ ਇੱਕ ਬੰਦਾ ਰਿੱਡਦਾ ਜਾ ਰਿਹਾ ਉਹਦੀਆਂ ਲੱਤਾਂ ਨਹੀਂ ਹੈਗੀਆਂ ਤੇ ਘੁੱਟ ਰਿਆ ਪਰ ਰਿੱਡਦਾ ਜਾ ਰਿਹਾ ਤੇ ਨਮਾਜ਼ ਪੜਨ ਵਾਸਤੇ ਤੇ ਉਹਨਾਂ ਨੇ ਉਹਨੂੰ ਖਿਲਾੜ ਕੇ ਪੁੱਛਿਆ ਕਹਿੰਦੇ ਵਈ ਤੇਰੇ ਮੇਰੇ ਪੈਰ ਸੜਦੇ ਆ ਤੇ ਤੂੰ ਇੱਥੇ ਰਿੰਗ ਰਿੰਗ ਕੇ ਚੱਲਦਾ ਕਿ ਤੇਰਾ ਬदन ਨਹੀਂ ਸੜਦਾ ਰੇਤਾ ਦੇ ਨਾਲ ਤੇਰਾ ਬदन ਨਹੀਂ ਤਪਦਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂ ਕਹਿੰਦਾ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਮੇਰੇ ਦਿਮਾਗ 'ਚ ਰਿਹਾ ਕਿ ਮੈਂ ਤਾਂ ਨमाज ਪੜਨ ਚੱਲਾਂ ਤੇ ਮੇਰਾ ਧਿਆਨ ਖੁਦਾ ਵੱਲ ਆ ਮੇਰਾ ਧਿਆਨ ਖੁਦਾ ਵੱਲ ਆ ਤੇ ਮੈਂ ਤਾਂ ਨमाज ਪੜਨ ਚੱਲਾਂ ਵਾ ਮੇਰੇ ਧਿਆਨ ਦੇ ਵਿੱਚ ਕੋਈ ਮੇਰੇ ਬਦਨ ਦੇ ਸੜਨ ਦੀ ਕੋਈ ਮਹਿਸੂਸ ਨਹੀਂ ਹੋ ਰਿਹਾ ਉਸ ਦਿਨ ਫਿਰ ਜਦੋਂ ਡਵਾਈਸ ਪੜਨ ਗਏ ਤੇ ਫਿਰ ਉਹਨਾਂ ਨੇ ਕਿਹਾ ਨਹੀਂ ਅਗਰ ਇਹ ਮੈਂ ਤਾਂ ਜੁੱਤੀਆਂ ਦਾ ਰੋਸ ਕਰਦਾ ਤੇ ਇਹਦੇ ਕੋਲ ਤਾਂ ਲੱਤਾਂ ਵੀ ਨਹੀਂ ਤੇ ਇਹ ਰਿੰਕੇ ਚੱਲਦਾ ਤਾਂ ਵੀ ਨਹੀਂ ਇਹਨੂੰ ਕੁਝ ਹੁੰਦਾ ਕਿ ਮੈਂ ਤੇ ਰੋਜ਼ ਤਾਨੇ ਮੇ ਨਹੀਂ ਦਿੰਦਾ ਉਸ ਦਿਨ ਤੋਂ ਬਾਅਦ ਉਹਨਾਂ ਕਿਆ ਨਹੀਂ ਖੁਦਾ ਜੋ ਤੂੰ ਦਿੱਤਾ ਉਹ ਠੀਕ ਦਿੱਤਾ ਆਪਣਾ ਧਿਆਨ ਉਧਰ ਲਾ ਲਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰਾ ਜਿਹੜਾ ਪੈਰ ਜਿਹੜੇ ਸੜਦੇ ਕਿ ਨਹੀਂ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਆਪ ਜੀ ਦੇ ਪੈਰ ਨੰਗੇ ਹੁੰਦੇ ਸੀਗੇ ਤੇ ਸੜਦੇ ਨਹੀਂ ਸੀ ਪਤਾ ਹੀ ਨਹੀਂ ਪਰ ਦੂਸਰੇ ਸੇਵਕਾਂ ਨੇ ਕਿਹਾ ਤੁਹਾਡੇ ਪੈਰ ਨਹੀਂ ਸੜਦੇ ਫੇਰ ਮਹਿਸੂਸ ਹੋਇਆ ਯਾਰ ਸਾਡੇ ਪੈਰ ਸੜਦੇ ਕਿ ਨਹੀਂ ਸੜਦੇ ਸੋ ਜਿੱਥੇ ਮੁਰਸ਼ਿਦ ਦੀ ਰਹਿਮਤ ਤੇ ਧਿਆਨ ਲੱਗ ਜਾਂਦਾ ਉਥੇ ਪੈਰ ਕੀ ਸੜਨਾ ਫੇਰ ਤੇ ਗੁਰੂ ਕੀ ਕਹਿੰਦੇ ਆ ਆਪਣਾ ਤੇ ਗੁਰੂ ਅਰਜਨ ਦੇਵ ਜੀ ਵਾਂਗੂ ਤੱਤੀ ਲੋ ਤੇ ਵੀ ਬੈ ਕੇ ਕੋਈ ਸੇਕਾ ਹੀ ਨਹੀਂ ਲੱਗਦਾ ਹੈ ਜਦੋਂ ਉਹਦੇ ਉੱਲ ਧਿਆਨ ਚ ਹੋ ਜਾਂਦਾ ਤੇ ਜਿਹੜੇ ਸੱਤਾ ਤੇ ਆਪਣਾ ਬਿੱਲੂ ਜੀ ਸੀਗੇ ਸੰਗਤ ਨੂੰ ਦੱਸਣਾ ਚਾਹਣਾ ਕੋ ਦੋਨੇ ਵਿਚਾਰੇ ਇਹ ਬਿੱਲੂ ਜਿਹੜਾ ਵਿਚਾਰਾ ਉਹਦੀਆਂ ਥੱਲੜੀਆਂ ਲੱਤਾਂ ਦੋਨੇ ਚੱਲਦੀਆਂ ਨਹੀਂ ਸੀਗੀਆਂ ਉਹ ਰੇੜੀ ਤੇ ਹੁੰਦਾ ਸੀ ਤੇ ਸੱਤਾ ਉਹਦੀ ਵਿਚਾਰੇ ਦੀ ਇੱਕ ਲੱਤ ਜਿਹੜੀ ਆ ਉਹ ਪ੍ਰੋਬਲਮ ਸੀਗੀ ਤੇ ਉਹ ਨੂੰ ਖਿੱਚਦਾ ਹੁੰਦਾ ਸੀ ਇਦਾਂ ਹੀ ਸੀ ਨਾ ਜੀ ਹਾਂਜੀ ਪਰ ਉਹ ਜੋੜੇ ਕਰਦੀਆਂ ਦੋਨੇ ਡਿਊਟੀ ਕਰਦੇ ਸੀ ਡਿਊਟੀ ਕਰਦੇ ਹੈ ਵਾਹ ਦੇਖੋ ਗੁਰੂ ਦੀ ਕਿਰਪਾ ਉਹ ਦੋਵੇਂ 84 ਸ਼ਹੀਦ ਹੋ ਗਏ ਜੀ ਦੋਨੇ 84 ਦੇ ਵਿੱਚ ਜਦੋਂ 9084 ਦਾ ਇੰਡੀਆ ਦੇ ਵਿੱਚ ਕਾਂਡ ਹੋਇਆ ਸੀ ਇੰਦਰਾ ਗਾਂਧੀ ਤੋਂ ਤੇ ਉਹ ਦੋਨੇ ਵਿਚਾਰਿਆਂ ਨੂੰ ਉੱਥੇ ਅੱਗ ਦੀ ਪੇਟਾ ਚ ਦਿੱਤਾ ਗਿਆ ਉਹਨਾਂ ਨੂੰ ਸੁੱਟਿਆ ਗਿਆ ਦਾਦ ਜੀ ਉਸ ਸਮੇਂ ਜਿਹੜਾ ਤੁਸੀਂ ਕਿਹਾ ਕਿ ਮਿੱਟੀ ਦੇ ਹੁੰਦੇ ਸੀ ਰੇਤਾ ਡੇਰੇ ਚ ਹੁੰਦੀ ਸੀ ਸਾਰੇ ਪਾਸੇ ਕੋਈ ਦਰਖਤ ਨਹੀਂ ਹੁੰਦਾ ਸੀ ਤੇ ਇੱਕੋ ਇੱਕ ਬਿਲਡਿੰਗ ਹੁੰਦੀ ਸੀ ਤੇ ਸਤਸੰਗ ਹੁੰਦਾ ਸੀ ਜੇ ਦਰਬਾਰ ਸਾਹਿਬ ਦਰਬਾਰ ਸਾਹਿਬ ਕਿਆ ਕਰਦੇ ਸੀ ਤੇ ਅੱਜ ਤੇ ਉਹ ਬਿਲਡਿੰਗ ਹੈ ਨਹੀਂ ਜਿੱਥੇ ਸਾਡੇ ਗੁਰੂ ਮਹਾਰਾਜ ਜੀ ਨੇ ਆਪ ਤਸਲੇ ਚੁੱਕ ਕੇ ਆਪ ਨਾਲ ਲੇਬਰ ਕਰਕੇ ਇੱਟਾਂ ਲਵਾਈਆਂ ਸੀ ਉਹ ਦਰਬਾਰ ਸਾਹਿਬ ਜਿਹੜੀ ਬਿਲਡਿੰਗ ਸੀਗੀ ਲੋਨੀ ਦਰਬਾਰ ਚ ਦੂਰੋਂ ਦਿਖ ਜਾਂਦਾ ਸੀ ਕਿ ਨਾਨਕਤਮ ਉਹ ਬਿਲਡਿੰਗ ਆ ਰਹੀ ਹੈ ਤੇ ਅੱਜ ਤੇ ਉਹ ਹੈ ਨਹੀਂ ਚਲੋ ਕੀ ਕਰ ਸਕਦੇ ਆ ਤੇ ਆਪ ਜੀ ਹੋਰ ਦੱਸੋ ਕਿ ਵੀ ਉਸ ਵਾਲੇ ਦੀ ਸੰਗਤ ਜਦੋਂ ਉਸ ਵਾਲੇ ਮਹਾਰਾਜ ਜੀ ਗੁਰੂ ਮਹਾਰਾਜ ਜੀ ਜਲਦੇ ਚਲਦੇ ਕੋਈ ਨਾ ਕੋਈ ਕੋਤਕ ਕਰਿਆ ਕਰਦੇ ਸੀ ਕਿ ਸਿਰਫ ਸੰਗਤ ਨੂੰ ਇੱਕ ਯਕੀਨ ਦਿਵਾਉਣ ਵਾਸਤੇ ਇਹ ਨਹੀਂ ਕਿ ਉਹਨਾਂ ਨੂੰ ਆਪਣੇ ਵੱਲ ਕਰਨ ਵਾਸਤੇ ਕਿ ਯਕੀਨ ਦੁਕਾਨ ਦਿਵਾਉਣ ਵਾਸਤੇ ਇੱਥੇ ਸਭ ਕੁਝ ਹੈ ਪਰ ਨੇਚਾ ਚਾਹੀਦੀ ਹੈ ਹਾਂਜੀ ਇਸ ਤਰ੍ਹਾਂ ਜੀ ਮਹਾਰਾਜ ਦਰਸ਼ਨਦਾਸ ਜੀ ਬਹੁਤ ਕੁਝ ਸ਼ੂਲੀ ਤਸੂਲ ਕੀਤਾ ਉਹਨਾਂ ਨੇ ਸ਼ੂਲੀ ਤਸੂਲ ਕਰਨ ਵਾਸਤੇ ਆਏ ਸੀਗੇ ਜੀ ਇੱਕ ਵਾਰੀ ਇਥੇ ਮਹਾਰਾਜ ਜੀ ਬਾਹਰ ਬੈਠੇ ਹੋਏ ਸਨ ਜੀ ਤੇ ਥੱਲੇ ਬੈਠੇ ਸੀ ਸੰਗਤਾਂ ਬੈਠੀਆਂ ਸੀ ਅਸੀਂ ਵੀ ਉਹਦੇ ਜਿਵੇਂ ਬੈਠੇ ਹੋਏ ਲੋਨੀ ਦਰਬਾਰ ਦੇ ਲੋਣੀ ਦਰਬਾਰ ਦੇ ਵਿੱਚ ਜੀ ਤੇ ਇੱਕ ਸੇਵਕ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਜੀ ਅਸੀਂ ਸੁਣਿਆ ਹੈ ਕਿ 12 ਕੋਹ ਦੇ ਦੀਵਾ ਜਗੇਗਾ ਜੀ ਇਹ ਗੱਲ ਇਹ ਗੱਲ ਸੱਚ ਹੈ ਮਾਰੇ ਦਸਿੰਦਾ ਜੀ ਕਿ ਮਾਰੇ ਦਸਿੰਦਾ ਜੀ ਕਹਿਣ ਲੱਗੇ ਪੁੱਤਰ ਜੋ ਸਾਡੇ ਮਹਾਪੁਰਖਾਂ ਨੇ ਲਿਖ ਦਿੱਤਾ ਜੋ ਸਾਡੇ ਬਜ਼ੁਰਗਾਂ ਨੇ ਲਿਖ ਦਿੱਤਾ ਹੈ ਜੋ ਸਾਡੇ ਗੁਰੂ ਪੀਰ ਪਕੰਮਰਾਂ ਨੇ ਲਿਖ ਦਿੱਤਾ ਹੈ ਉਹ ਬਿਲਕੁਲ ਸੱਚ ਹੈ ਪਰ ਜਿਹੜਾ ਧਰਤੀ ਦਾ ਮਾਲਕ ਇਸ ਟਾਈਮ ਧਰਤੀ ਤੇ ਆਇਆ ਹੋਇਆ ਹੈ ਉਹ ਸੂੜੀ ਤੋਂ ਸੂਲ ਕਰਨਗੇ ਤੇ ਮਹਾਰਾਜ ਦਰਸ਼ਨ ਦਾ ਜੀ ਦਾ ਅਸੀਂ ਦੱਸਣਾ ਚਾ ਰਹੇ ਆ ਕਿ ਵੇਖੋ ਧਰਤੀ ਰੁਕਣੀ ਸੀ ਧਰਤੀ ਦਾ ਮਹਾਰਾਜ ਨੇ ਕਟ ਦਿੱਤਾ ਇਥੇ ਵੀ ਮਹਾਰਾਜ ਜੀ ਸਾਡੇ ਸਾਹਮਣੇ ਗੱਲ ਕਰਦੇ ਹੁੰਦੇ ਸੀ ਕਿ 24 ਘੰਟੇ ਵਾਸਤੇ ਧਰਤੀ ਜਾਮ ਹੋ ਜਾਈ ਦੱਸਦੇ ਉਹ ਨੇ ਜੋ ਪਰਮਾਤਮਾ ਦੇ ਘਰੋਂ ਹੋਣਾ ਹੁੰਦਾ ਹੈ ਲੇਕਿਨ ਮਹਾਰਾਜ ਨੇ ਉਹ ਧਰਤੀ ਨਹੀਂ ਰੁਕੀ ਉਹ ਕਟਾ ਦਿੱਤਾ ਮਹਾਰਾਜ ਨੇ ਬਿਲਕੁਲ ਮਹਾਰਾਜ ਕਰੋੜਾਂ ਹੀ ਦੁਨੀਆ ਮਰਣੀ ਸੀ ਮਹਾਰਾਜ ਕਹਿੰਦੇ ਸੀ ਕਿ ਧਰਤੀ ਜਦੋਂ 24 ਘੰਟੇ ਵਾਸਤੇ ਜਾਮ ਹੋ ਜੇਗੀ ਉਸ ਤੋਂ ਬਾਅਦ ਉਹ ਚੱਲੇਗੀ ਉਹ ਧਰਤੀ ਫੜ ਜਾਈ ਕਈ ਜਗ੍ਹਾ ਨੂੰ ਮਕਾਨ ਵਿੱਚ ਦੱਸ ਜਾਣਗੇ ਦੁਨੀਆ ਵਿੱਚ ਦੱਸ ਜੇਗੀ ਔਰ ਇਥੇ ਮੁਤਾਕਬਾ ਦਾ ਝਟਕਾ ਇਹਦਾ ਤਕੜਾ ਹੋਏਗਾ ਕਿ ਗਰਭવતી ਜੜੀਆਂ ਮਾਈਆਂ ਨੇ ਉਹਨਾਂ ਦੇ ਗਰਭ ਟਿਕ ਪੈਣਗੇ ਉਹ ਮਹਾਰਾਜ ਦਰਸ਼ਨਦਾਸ ਜੀ ਨੇ ਕੱਟ ਦਿੱਤਾ ਉਸ ਤੋਂ ਬਾਅਦ ਵਿੱਚ ਦਿੱਲੀ ਇੱਕ ਬਵੰਡਰ ਆਇਆ ਸੀਗਾ ਤੇ ਮਹਾਰਾਜ ਦਰਸ਼ਨਦਾਸ ਜੀ ਉਦੋਂ ਪੰਜਾਬ ਜਾ ਰਹੇ ਸੀਗੇ ਤੇ ਮਹਾਰਾਣੀ ਪਾਲੀ ਦਰਸ਼ਨਦਾਸ ਦੇ ਜਿਹੜੇ ਬੀਜੀ ਹੈ ਉਹਨਾਂ ਸਾਨੂੰ ਇਹ ਜਿਹੜਾ ਮਹਾਰਾਜ ਦਾ ਇਤਿਹਾਸ ਹੈ ਦੋ ਤਿੰਨ ਵਾਰੀ ਦੱਸਿਆ ਅੰਬਾਲਾ ਚੌਂਕ ਦੇ ਉੱਤੇ ਇੱਕ ਹੋਟਲ ਹੈਗਾ ਉੱਥੇ ਮਹਾਰਾਜ ਜੀ ਰੋਟੀ ਪਾਣੀ ਖਾਂਦੇ ਸੀ ਚਾਹ ਚੂ ਉੱਥੇ ਪੀਂਦੇ ਸੀ ਹਰ ਜਗ੍ਹਾ ਨਹੀਂ ਸੀ ਪੀਂਦੇ ਮਹਾਰਾਜ ਹਮੇਸ਼ਾ ਹੀ ਕਰਦੇ ਸੀ ਦਾਸ ਨੂੰ ਵੀ ਮੌਕਾ ਮਿਲਿਆ ਉੱਥੇ ਜਾਂਦਾ 82 ਦੇ ਵਿੱਚ ਮਹਾਰਾਜ ਜੀ ਮੈਂ ਤੇ ਪੰਮਾ ਜੀ ਲੰਡਨ ਤੋਂ ਤੇ ਅਸੀਂ ਇਕੱਠੇ ਸ਼ੁਰੂਆਤ ਕੀਤੀ ਸੀ ਗਏ ਸੀਗੇ ਤੇ ਉਸ ਟਾਈਮ ਤੇ ਵੀ ਅਸੀਂ ਉੱਥੇ ਹੀ ਰੋਟੀ ਖਾਧੀ ਸੀਗੀ ਤੇ ਉਹਨੇ ਮਹਾਰਾਜ ਦੇ ਭਾਂਡੇ ਵੱਖਰੇ ਰੱਖੇ ਹੋਏ ਸੀ ਅੰਬਾਲਾ ਹਾਂਜੀ ਕਿਉਂਕਿ ਸਾਨੂੰ ਇਹ ਸਾਨੂੰ ਸਾਡੇ ਬਾਬਾ ਨੇ ਦੱਸਿਆ ਸੀ ਸਾਹਨੀ ਬਾਬਾ ਜੀ ਮਾਰੇ ਦਰਸ਼ਨ ਦਾ ਹਜੇ ਪਰਸਨੈਲਿਟੀ ਰਹੇ ਜਿਵੇਂ ਤੁਸੀਂ ਰਹੇ ਹੋ ਤੇ ਅਸੀਂ ਸਾਹਨੀ ਬਾਬਾ ਦੇ ਪਰਸਨੈਲਿਟੀ ਰਹੇ ਹਾਂ ਸਾਡਾ ਹਰ ਮਹੀਨੇ ਹਰ ਮਹੀਨੇ ਪੰਜਾਬ ਦਾ ਟੂਰ ਹੁੰਦਾ ਸੀਗਾ ਜੀ ਤੇ ਉਸੇ ਅਸੀਂ ਰੋਟੀ ਖਾਧੀ ਸ਼ਾ ਚਾਹ ਪੀਤੀ ਸੀ ਕਿਉਂਕਿ 40 ਸਾਲ ਪੁਰਾਣੀਆਂ ਗੱਲਾਂ ਨੇ ਤੇ ਉਥੇ ਬਾਬਾ ਨੇ ਸਾਨੂੰ ਦੱਸਿਆ ਕਿ ਮਹਾਰਾਜ ਜੀ ਇੱਥੇ ਰੋਟੀ ਪਾਣੀ ਚਾਹ ਪਾਣੀ ਇੱਥੇ ਖਾਂਦੇ ਹੁੰਦੇ ਸੀ ਇੱਥੇ ਪਹਿਲਾਂ ਨੌਨਵੇਜ ਬੰਦਾ ਸੀ ਮਹਾਰਾਜ ਦਰਸ਼ਨਦਾ ਜੀ ਨੇ ਕਿਹਾ ਵੀ ਬਜ਼ੁਰਗੋ ਆਇਤੋ ਬਾਤ ਤੁਸੀਂ ਨਾਨ ਵੇਜ ਨਹੀਂ ਬਣਾਉਣਾ ਹੋਟਲ ਤੁਹਾਡਾ ਬਹੁਤ ਚੱਲੇਗਾ ਤੇ ਕਹਿੰਦੇ ਫਿਰ ਉਹਨੇ ਨਾਨ ਵੇਜ ਬਣਾਉਣਾ ਬੰਦ ਕਰਤਾ ਮਹਾਰਾਜ ਜੀ ਉੱਥੇ ਰੋਟੀ ਖਾਂਦੇ ਸੀ ਉੱਥੇ ਚਾਹ ਪਾਣੀ ਪੀਂਦੇ ਸੀ ਜੀ ਜੀ ਉੱਥੇ ਮਹਾਰਾਜ ਜੀ ਉੱਥੇ ਮਹਾਰਾਜ ਜੀ ਚਾਹ ਪੀ ਰਹੇ ਸੀਗੇ ਤੇ ਬੀਜੀ ਨਾਲ ਸੀਗੇ ਹੋਰ ਵੀ ਸ਼ੇਵਾਦ ਹੋਣਗੇ ਬੀਜੀ ਨੇ ਸੰਦਸਿਆ ਕਹਿੰਦੇ ਬਿਜਲੀ ਸਾਨੂੰ ਮਹਾਰਾਜ ਕਹਿਣ ਲੱਗੇ ਬੀਜੀ ਤੁਹਾਨੂੰ ਪਤਾ ਦਿੱਲੀ ਕੀ ਹੋ ਰਿਹਾ ਕਹਿੰਦੇ ਮਹਾਰਾਜ ਜੀ ਤੁਸੀਂ ਜਾਣੀ ਜਾਣੋ ਤੁਹਾਨੂੰ ਪਤਾ ਹੋਵੇ ਦਿੱਲੀ ਕੀ ਹੋ ਰਿਹਾ ਸਾਨੂੰ ਤੇ ਕੰਦ ਪਿਛੇ ਕੀ ਹੋ ਰਿਹਾ ਉਹ ਨਹੀਂ ਪਤਾ ਕਹਿਣ ਲੱਗੇ ਬੀਜੀ ਅਗਲੇ ਘਰੋਂ ਉਸ ਇੱਕ ਬੌਂਡਰ ਆਇਆ ਹੈ ਦਿੱਲੀ ਦੇ ਵਿੱਚ ਉਹ ਬੌਂਡਰ ਅਗਲੇ ਘਰੋਂ 13 ਮਿੰਟ ਦਾ ਸੀ ਜਿਹੜਾ ਅਸੀਂ ਕੱਟ ਕੇ ਤੇ ਉਹ ਡੇਢ ਮਿੰਟ ਦਾ ਕੀਤਾ ਹੈ ਡੇਢ ਮਿੰਟ 'ਚੋਂ ਵੀ 1 ਮਿੰਟ ਉਹ ਧਰਤੀ ਤੇ ਆਇਆ ਅੱਧਾ ਕਿ ਮਿੰਟ ਮਾਰਾ ਇਹਨੇ ਜਮਣਾ ਤੇ ਮੋੜਤਾ ਸੀਗਾ ਤੇ 1 ਮਿੰਟ 'ਚ ਉਹਨੇ ਕਾਫੀ ਨੁਕਸਾਨ ਕੀਤਾ ਸੀਗਾ ਉਹਦੇ 'ਚ ਅਗਰ ਬੱਸ ਆਉਂਦੀ ਬੱਸ ਉੱਪਰ ਉੱਡ ਜਾਂਦੀ ਜੋ ਵੀ ਚੀਜ਼ ਆਉਂਦੀ ਉਹਦੇ ਵਿੱਚ ਉਹਦੇ ਲਪੇਟੇ 'ਚੋਂ ਤਾਂ ਉੱਡ ਜਾਂਦੀ ਤੇ ਅਸੀਂ ਸੁਣਿਆ ਸੀ ਉਹ ਤੋਂ ਕਿ ਲੋਕਾਂ ਨੇ ਸਕੂਟਰ ਰਸਤੇ ਪਾ ਪਾ ਕੇ ਦਰਖਤਾਂ ਉੱਤੇ ਦੁਜੀਏ ਤੇ ਲਾਈਆਂ ਸਕੂਟਰਾਂ ਉੱਪਰ ਦਰਖਤਾਂ ਉੱਤੇ ਟੰਗੀਆਂ ਟੰਗੀਆਂ ਲਾਈ ਗਈ ਜੀ ਜੀ ਉਹ ਮਹਾਰਾਜ ਜੀ ਨੇ ਕੱਟ ਕੇ ਤੇ 1.5 ਮਿੰਟ ਦਾ ਕੀਤਾ 13 ਮਿੰਟ ਤਾਂ 13 ਮਿੰਟ ਆਉਂਦਾ ਕਿ ਕਿੱਥੋਂ ਤੱਕ ਜਾਣਾ ਹੈ ਤੇ ਕਿੰਨੀ ਦੁਨੀਆ ਦਾ ਨੁਕਸਾਨ ਹੋਣਾ ਹੈ ਸੋ ਟਾਟਾ ਕਹਿੰਦਾ ਟਾਟਾ ਕਹਿੰਦਾ ਪਾਵੇ ਆ ਕਿ ਜੋ ਹੋਣਾ ਮਹਾਰਾਜ ਜੀ ਨੇ ਦੱਸਿਆ ਪਰ ਉਹਨਾਂ ਨੇ ਸੂਲੀ ਦੀ ਸਹੂਲ ਕਰਤੀ ਉਹਨੂੰ ਛੋਟਾ ਕਰ ਦਿੱਤਾ ਛੋਟਾ ਕਰਦਾ ਬਹੁਤ ਠੀਕ ਔਰ ਮਹਾਰਾਜ ਦਰਸ਼ਨ ਦਾਸ ਜੀ ਦੁਨੀਆ ਦਾ ਬਹੁਤ ਕੁਛ ਅਸੀਂ ਅਗੀਤੀ ਪਿਛੇ ਜੇ ਲਿਖਿਆ ਮਹਾਰਾ ਦੀ ਕਿਰਪਾ ਨਾਲ ਜੀ ਉਹ ਆਪ ਆਪ ਹੀ ਲਿਖਾਉਂਦੇ ਨੇ ਵੈਸੇ ਤੇ ਉਹ ਵਡਿਆਈ ਦਾਸ ਨੂੰ ਦਿੰਦੇ ਨੇ ਅਸੀਂ ਇੱਕ ਸ਼ੇਰ ਵੀ ਸ਼ੇਰ ਲਿਖਿਆ ਇਹ ਬੋਲ ਵੀ ਸੱਜਣਾ ਤੇਰੇ ਨੇ ਇਹ ਕਲਮ ਵੀ ਸਹਬਾ ਤੇਰੀ ਹੈ ਵੈਸੇ ਬਿਜਲੀ ਨਾਲ ਲਖਵਾਣਾ ਹੈ ਪਰ ਸਭ ਤੇਰੀ 헤ਰਾ ਫੇਰੀ 헤ਰਾ ਫੇਰੀ ਉਹਦੀ ਹੈ ਸਾਰੀ ਲਖਾਉਣ ਵਾਲਾ ਉਹ ਹੈ ਉਹ ਦਾਸ ਨੂੰ ਵਡਿਆਈ ਦਿੰਦਾ ਕਿਉਂਕਿ ਸਾਡੇ ਥਰੂ ਲਿਖਾਉਂਦਾ ਹੈ ਦਾਸ ਨੂੰ ਉਹ ਵਡਿਆਈ ਦਿੰਦਾ ਠੀਕ ਹੈ ਉਹ ਅਸੀਂ ਗੀਤ ਲਿਖਿਆ ਕਿ ਦੁਨੀਆ ਤੇ ਠੰਡ ਵਰਤਾਈ ਜਾਂਦਾ ਏ ਤੇ ਸੰਗਤਾਂ ਦੀ ਝੋਲੀ ਖੈਰ ਪਾਈ ਜਾਂਦਾ ਏ ਧਰਤੀ ਦੀ ਰੁਕੜੀ ਸੀ ਤੇ ਉਹਨੂੰ ਕੱਟ ਦਿੱਤਾ ਏ ਬਵੰਡਰ ਦਿੱਲੀ ਆਇਆ ਸੀ ਤੇ ਉਹਨੂੰ ਕੱਟ ਕੀਤਾ ਏ ਬਹੁਤ ਕੁਝ ਸੂਰੀ ਤੋਂ ਸੂਲ ਕਰੀ ਜਾ ਰਿਹਾ ਬਹੁਤ ਕੁਝ ਕੱਟੀ ਜਾ ਰਹੇ ਨੇ ਨਹੀਂ ਤੇ ਹੁਣ ਤੱਕ ਤੇ ਦੁਨੀਆ ਬਹੁਤ ਗਰਕ ਹੋ ਜਾਣੀ ਸੀ ਲੇਕਿਨ ਮਾਰੇ ਦਰਸ਼ਨ ਦਾਸ ਜੀ ਦੁਨੀਆ ਤੇ ਬਹੁਤ ਠੰਡ ਵਰਤਾਈ ਜਾ ਰਹੇ ਨੇ ਜੀ ਇਮਾਮ ਨੇ ਆਪਣਾ ਮਹਾਰਾਜ ਦਰਸ਼ਨਦਾ ਜੀ ਆਪਣੇ ਨਾਨਕ ਪਾਸ਼ਾ ਨੂੰ ਕਿਹਾ ਕਿ हे ਨਾਨਕ ਪਾਸ਼ਾ ਇਸ ਧਰਤੀ ਦੇ ਉੱਤੇ ਸ਼ਾਂਤੀ ਦੀ ਬੁਸ਼ਾਰ ਕਰ ਦੇ ਜੋ ਸ਼ਾਂਤੀ ਦੀ ਬੁਸ਼ਾਰ ਕਰੀ ਜਾ ਰਹੇ ਨੇ ਉਸ ਤੋਂ ਬਾਅਦ ਮਹਾਰਾਜ ਦਰਸ਼ਨਦਾ ਜੀ ਦੇ ਇੱਕ ਸਾਖੀ ਅੱਜ ਹੋਰ ਸੁਣਾ ਰਹੇ ਆ ਜੀ ਜਦੋਂ ਮਹਾਰਾਜ ਦਰਸ਼ਨਦਾ ਜੀ ਪੀਲ ਪਰੋਲੇ ਸ਼ਾਹ ਦੇ ਘਰੇ ਜੀ ਬਟਾਲਾ ਸ਼ਾਇਦ ਬਟਾਲਾ ਚ ਬਟਾਰਾ ਸਾਹਿਬ ਜੀ ਮਹਾਰਾਜ ਦਰਸ਼ਨਦਾ ਜੀ ਮਖਾਰ ਬਿੰਦ ਤੁਸੀਂ ਸੁਣੀ ਜੀ ਇਹ ਗੱਲ ਜੀ ਮਾਰੇ ਦਰਸ਼ਨ ਦਾ ਜੀ ਕਹੇ ਜਦੋਂ ਅਸੀਂ ਪੀਰ ਭਰੋਲੇ ਸ਼ਾਹ ਦੇ ਗਏ ਆ ਤੇ ਪੀਰ ਭਰੋਲੇ ਸ਼ਾਹ ਦੇ ਜਦੋਂ ਅਸੀਂ ਚੱਲੇ ਆ ਸਾਡੇ ਨੰਗੇ ਪੈਰ ਸੀਗੇ ਅੱਗੇ ਅੱਗੇ ਅਸ਼ੀਸ਼ਾਂ ਦੇ ਪਿੱਛੇ ਪਿੱਛੇ ਸਾਡੇ ਪਾਪਾ ਜੀ ਸੀਗੇ ਤੇ ਕਹਿ ਲੱਗੇ ਵੀ ਸਾਡੇ ਦੋਵਾਂ ਚਰਨਾਂ ਦੇ ਵਿੱਚੋਂ ਲਾਈਟ ਨਿਕਲਦੀ ਸੀ ਇਹਦਾ ਮਤਲਬ ਕਿ ਮਾਰੇ ਦਰਸ਼ਨ ਦਾ ਜੀ ਦੋਵਾਂ ਚਰਨਾਂ ਦੇ ਵਿੱਚ ਅ ਪਦਮ ਸੀਗੇ ਇੱਕ ਪਦਮ ਦੇ ਚੱਕਰ ਇੱਕ ਪਦਮ ਦੇ ਦਰਸ਼ਨ ਤੇ ਸਾਡੇ ਭਤੀਜੀ ਨੇ ਵੀ ਕੀਤੇ ਸਾਡੀ ਉਦੋਂ ਜਦੋਂ ਦਾਸ ਧਰਮ ਦੀ ਮਹਾਰੇ ਨੇ ਸਥਾਪਨਾ ਕੀਤੀ ਹੈ ਤੇ ਸਾਡੀ ਉਥੇ ਡਿਪਟੀ ਸਾਡੀ ਭਤੀਜੀ ਆਈ ਸਾਡੇ ਕੋਲ ਤੇ ਉਥੇ ਮਹਾਰੇ ਦਰਸ਼ਨ ਦਾਸ ਜੀ ਅੱਜ ਬੈਠੇ ਹੋਏ ਸੀਗੇ ਤੇ ਉਹ ਉਹਨੂੰ ਮਹਾਰੇ ਦੇ ਦਰਸ਼ਨ ਦਾਸ ਦੇ ਚਰਨਾਂ ਦੇ ਵਿੱਚੋਂ ਇੱਕ ਪਦਮ ਦੀ ਦਰਸ਼ਨ ਹੋਈ ਲਾਈਟ ਨਜ਼ਰ ਆਈ ਉਹਨੂੰ ਤੇ ਮਹਾਰੇ ਨੇ ਵੀ ਇੰਜ ਕਰਕੇ ਚਰਨਾਂ ਤੇ ਹੱਥ ਕਰ ਲਿਆ ਫਿਰ ਉਹ ਨਜ਼ਰ ਉਹਣੀ ਬੰਦ ਹੋ ਗਈ ਤੇ ਮਹਾਰੇ ਦਰਸ਼ਨ ਦਾਸ ਜੀ ਤੋਂ ਚੱਲ ਰਹੇ ਸੀਗੇ ਤੇ ਉਹਨਾਂ ਦੋਵਾਂ ਚਰਨਾਂ ਦੇ ਵਿੱਚੋਂ ਲਾਈਟ ਨਿਕਲ ਰਹੀ ਸੀ ਇਹ ਸਿਰਫ ਪਾਪਾ ਜੀ ਨੂੰ ਨਜ਼ਰ ਆ ਰਹੀ ਸੀ ਮਾਰੇ ਨੇ ਦੱਸਿਆ ਕਿ ਸਿਰਫ ਪਾਪਾ ਜੀ ਨੂੰ ਸਾਡੇ ਨੂੰ ਨਜ਼ਰ ਆ ਰਹੀ ਸੀ ਹੋਰ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਹੀ ਤੇ ਕਹਿਣ ਲੱਗੇ ਕਿ ਜਿਸ ਟਾਈਮ ਉਹਨਾਂ ਨੇ ਸਾਡੇ ਦੋਵਾਂ ਚਰਨਾਂ ਤੇ ਲਾਈਟ ਨਿਕਲਦੀ ਵੇਖੀ ਪਾਪਾ ਹੀ ਨੇ ਤੇ ਉਸ ਦਿਨ ਸਾਡੇ ਪਾਪਾ ਜੀ ਨੂੰ ਯਕੀਨ ਹੋਇਆ ਵੀ ਉਹ ਮੈਂ ਇਹਦੇ ਕੁਝ ਹੋਰ ਸਮਝਦਾ ਰਿਆਂ ਇਹ ਤੇ ਸਾਡੇ ਘਰ ਕੋਈ ਰੱਬੀ ਤਾਕਤ ਆਈ ਹੋਈ ਹੈ ਕਹਿੰਦੇ ਫਿਰ ਅਹੀਂ ਆਸ ਆਸੇ ਜਦੋਂ ਪੀਰ ਪਰੋਲੇ ਸ਼ਾਹ ਦੇ ਪਹੁੰਚੇ ਆ ਪੀਰ ਪਰੋਲੇ ਸ਼ਾਹ ਦੇ ਪਹੁੰਚੇ ਤੇ ਉੱਥੇ ਪ੍ਰਕਾਸ਼ ਹੋਇਆ ਪਰ ਹਣੀ ਉਹਦੀ ਇੱਕ ਲਾਈਟਾਂ ਜਗੀਆਂ ਅੰਦਰੋਂ ਤੇ ਅੰਦਰੋਂ ਆਵਾਜ਼ ਆਈ ਹੈ ਜਗ੍ਹਾ ਉਥੇ ਪਹੁੰਚੇ ਆ ਅੰਦਰੋਂ ਲਾਈਟਾਂ ਲਾਈਟਾਂ ਜਗੀਆਂ ਨੇ ਔਰ ਆਵਾਜ਼ ਆਈ ਹੈ ਕਿ ਇਹਨਾਂ ਦੇ ਆਉਣ ਦਾ ਹੀ ਸਵਾਗਤ ਕੀਤਾ ਹੈ ਇਹਦੇ ਬਸੇਲ ਨਹੀਂ ਅੰਦਰੋਂ ਜਦ ਆਵਾਜ਼ ਆਈ ਹੈ ਤੇ ਅਸੀਂ ਚੱਲ ਪਏ ਆ ਪਿੱਛੇ ਪਿੱਛੇ ਸਾਡੇ ਪਾਪਾ ਹੀ ਚੱਲਦੇ ਮਹਾਰਾਜ ਦਰਸ਼ਨ ਦਾਸ ਜੀ ਮੈਂ ਤੁਹਾਡੀ ਇੱਥੇ ਗੱਲ ਦੇ ਨਾਲ ਤੁਹਾਡਾ ਹੋਰ ਗੱਲ ਜੋੜਦਾ ਇਹ ਜਿਹੜੀ ਤੁਸੀਂ ਸਾਕੀ ਸਾਈਏ ਬਹੁਤ ਬਿਲਕੁਲ ਠੀਕ ਹੈ ਕਿਉਂਕਿ ਕਹਿੰਦੇ ਆ ਨਾ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਕਿ ਜਦੋਂ ਅਕਾਲ ਪੁਰਖ ਆਂਦਾ ਤਾਕਤ ਆਂਦੀ ਹੈ ਤੇ ਘਰ ਦੇ ਨੂੰ ਇੰਨਾ ਨਹੀਂ ਹੁੰਦਾ ਉਹਨਾਂ ਵਾਸਤੇ ਪੁੱਤਰ ਕਾਕਾ ਜੋ ਵੀ ਹੈ ਆਪਣਾ ਪਿਤਾ ਲਾਲੋ ਜਾਂ ਵੀ ਆਪਣਾ ਹਸਬੰਦ ਲਾਲੋ ਉਹਨਾਂ ਵਾਸਤੇ ਉਹੀ ਹੁੰਦਾ ਠੀਕ ਹੈ ਤੇ ਲੋਕੀ ਉਹਨਾਂ ਨੂੰ ਬਾਬਾ ਜੀ ਗੁਰੂ ਮਹਾਰਾਜ ਕਹਿੰਦੇ ਨੇ ਤੇ ਇਦਾਂ ਹੀ ਆਪ ਜੀ ਨੂੰ ਪਤਾ ਕਿ ਵੀ ਪਹਿਲੋ ਪਹਿਲੋ ਪਾਪਾ ਜੀ ਮਾਤਾ ਜੀ ਹੁਣੀ ਨਹੀਂ ਇੰਨਾ ਧਿਆਨ ਦਿੰਦੇ ਸੀ ਮੰਨਦੇ ਸੀ ਉਹ ਇਹ ਕਹਿੰਦੇ ਸੀ ਕਿ ਸਾਡਾ ਪੁੱਤਰ ਆ ਸਾਡਾ ਪੁੱਤਰ ਆ ਤੇ ਪਾਪਾ ਜੀ ਨੂੰ ਬੜੀ ਵਾਰੀ ਮਹਾਰਾਜ ਨੇ ਕਹਿਣਾ ਪਰ ਮਹਾਰਾਜ ਜੀ ਨੇ ਨਾ ਗੌਰ ਨਹੀਂ ਕਰਨਾ ਉਦਾਂ ਹੀ ਟਾਲ ਦੇਣਾ ਬਾਬਾ ਜੀ ਆਹ ਨਹੀਂ ਕਰਨਾ ਬਾਬਾ ਜੀ ਉਹ ਨਹੀਂ ਕਰਨਾ ਮਹਾਰਾਜ ਨੇ ਕਹਿਣਾ ਇਦਾਂ ਕਰੋ ਉਹਨਾਂ ਕਹਿੰਦਾ ਨਹੀਂ ਇਸ ਕਰਕੇ ਫਿਰ ਮਹਾਰਾਜ ਜੀ ਨੇ ਉਸ ਦਿਨ ਪਾਪਾ ਜੀ ਨੂੰ ਕਿਹਾ ਸੇ ਪਾਪਾ ਜੀ ਚਲੋ ਡੇਰੇ ਚਲੀਏ ਤੇ ਮਹਾਰਾਜ ਜੀ ਨੇ ਨਾ ਫਿਰ ਸਕੂਟਰ ਲਿਆ ਤੇ ਨਾ ਬਾਈਕ ਲਿਆ ਕਹਿੰਦੇ ਇਦਾਂ ਹੀ ਜਾਣਾ ਇਹ ਫਿਰ ਪੈਦਲ ਡੇਰੇ ਨੂੰ ਤੁਰੇ ਤੇ ਮਹਾਰਾਜ ਜੀ ਅੱਗੇ ਅੱਗੇ ਹੋ ਗਏ ਤੇ ਉਦੋਂ ਫਿਰ ਮਹਾਰਾਜ ਜੀ ਨੇ ਇੱਕ ਉਹ ਤੱਕ ਪਾਪਾ ਜੀ ਨੂੰ ਦਿਖਾਇਆ ਉਸ ਤੋਂ ਬਾਅਦ ਫਿਰ ਪਾਪਾ ਜੀ ਨੂੰ ਪਤਾ ਲੱਗਿਆ ਕਿ ਨਹੀਂ ਇਹ ਮੇਰਾ ਬੱਚਾ ਨਹੀਂ ਇਹ ਕੋਈ ਅਲੋਕਿਕ ਤਾਕਤ ਇਹ ਆਪ ਜੀ ਦੀ ਗੱਲ ਬਿਲਕੁਲ ਠੀਕ ਹੈ ਉਹਨਾਂ ਆਪਣੇ ਮੁਖਾਰਬਿੰਦ ਤੋਂ ਸੁਣਾਈ ਜੀ ਸਾਨੂੰ ਇਹ ਗੱਲ ਉਹ ਅਸੀਂ ਜਿਹੜੀ ਸਾਖੀ ਸੁਣਾ ਰਹੇ ਆ ਇਹ ਬਾਉ ਜੀ ਨੇ ਲਿਖੀ ਹੈ ਬਾਉ ਜੀ ਨੇ ਵੀ ਲਿਖੀ ਹੈ ਉਹਨਾਂ ਨੇ ਲਿਖਾਈ ਸੀ ਇਸ ਕਰਕੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਅੱਜ ਉਹ ਸੰਗਤਾਂ ਬਹੁਤ ਅੱਜ ਸੰਗਤਾਂ ਬਹੁਤ ਕੁਝ ਕਹਿੰਦੀਆਂ ਨੇ ਜੀ ਪੀਰ ਪਰੋਲੇ ਅਸੀਂ ਪਿੱਛੇ ਜੇ ਚਾਚੀ ਇੱਕ ਗੱਲ ਜਿਆਵਾਤ ਹੁੰਦੀ ਸੀ ਲੰਬੇ ਦੇ ਚਾਚੀ ਜੀ ਤੇ ਉਹਨਾਂ ਦਾ ਮੁੰਡਾ ਪਿੱਛੇ ਜੇ ਦੱਸ ਰਿਹਾ ਸੀ ਅਸੀਂ ਸੁਣਿਆ ਜੀ ਕਿ ਪੀਰ ਭਰੋਲੇ ਸ਼ਾਹ ਦੇ ਮਾਰੇ ਨੇ ਕਿ ਜਿਹੜਾ ਉੱਥੇ ਨਹੀਂ ਜਾਏਗਾ ਉਹਦੀ ਯਾਤਰਾ ਸਫਲ ਨਹੀਂ ਹੋਏਗੀ ਮੈਂ ਕਹਾ ਬਿਲਕੁਲ ਗਲਤ ਹੈ ਅਸੀਂ ਔਰ ਬਲਵੰਤ ਸਿੰਘ ਹੁੰਦੇ ਸੀਗੇ ਦੋਵੇਂ ਹੀ ਸਾਡੀ ਦੋਸਤੀ ਹੈ ਅਸੀਂ ਤਰੰਦੇ ਭਰਾ ਬਣੇ ਹੋਏ ਆ ਜੀ ਤੇ ਹੁਣ ਇਸ ਟਾਈਮ ਉਹ ਬਾਬਾ ਜੀ ਨੇ ਬਾਬਾ ਜੀ ਤੋਂ ਮਾਰਾ ਹੀ ਨਹੀਂ ਜੀ ਤੇ ਅਸੀਂ ਸਾਨੂੰ ਮਹਾਰਾਜ ਦਰਸ਼ਨ ਦਾਸ ਜੀ ਮਨਾ ਕਰ ਦਿੰਦੇ ਪੀਰ ਭਰੋਲੇ ਸ਼ਾਹ ਦੇ ਜਾਣ ਤੋਂ ਜੀ ਪੀਰ ਭਰੋਲੇ ਸ਼ਾਹ ਦੇ ਨਹੀਂ ਜਾਣਾ ਸਿੱਧੇ ਆਓ ਸਿੱਧੇ ਜਾਇਆ ਕਰੋ ਪੁੱਤਰ ਜੀ ਇਹ ਸੰਗਤਾ ਹੁਣ ਕਹੀਦੀਆਂ ਕਈ ਗੱਲਾਂ ਬਣਾਈ ਜਾ ਰਹੇ ਨੇ ਔਰ ਕਈ ਲੋਕ ਪੰਜਾਬ ਦੇ ਇਹ ਸਮਝਦੇ ਨੇ ਕਿ ਸ਼ਾਇਦ ਮਹਾਰਾਜ ਦਰਸ਼ਨਦਾਸ ਜੀ ਦੇ ਤੇ ਪੀਰ ਭਰੋਲੇ ਸ਼ਾਹ ਦੀ ਕਿਰਪਾ ਹੈ ਇਹ ਵੀ ਉਹਨਾਂ ਦੇ ਦਿਲ 'ਚ ਗਲਤ ਆਹੀ ਗੀਤ ਵੀ ਲਿਖਿਆ ਉਹਦਾ ਲਾਸ਼ ਦਾ ਸ਼ੇਰ ਹੈਗਾ ਜੀ ਕਿ ਕਈ ਮੂਰਖ ਲੋਕ ਪੰਜਾਬ ਦੇ ਕਹਿੰਦੇ ਹੂੰ ਭਰੋਲੇ ਨੇ ਸਜਾਇਆ ਕੋ ਬੁਰਾ ਨਾ ਮੰਨੇ ਕਿਦਾ ਨਾਮ ਲੈ ਕੇ ਨਹੀਂ ਕਹਿ ਰਹੇ ਜੀ ਕਈ ਮੂਰਖ ਲੋਕ ਪੰਜਾਬ ਦੇ ਕਹਿੰਦੇ ਭਰੋਲੇ ਨੇ ਸਜਾਇਆ ਉਹ ਕਿਤੇ ਭੁੱਲ ਨਾ ਜਾਇਓ ਦਰਸ਼ਨ ਰੱਬ ਘਰ ਦੀ ਤੇ ਆਇਆ ਮਾਰੇ ਦਰਸ਼ਨਦਾਸ ਜੀ ਆਪ ਰੱਬ ਧਰਤੀ ਤੇ ਆਏ ਪਿੱਛੇ ਜੇ ਅਸੀਂ ਇੱਕ ਸਾਡੇ ਜਾਣਕਾਰ ਹੈਗੇ ਨੇ ਸਾਡੇ ਗੁਰਪਾਈ ਨੇ ਸਾਡੀ ਘਰ ਦੀ ਬਿਮਾਰ ਹੋਣ ਕਰਕੇ ਅਸੀਂ ਜਾ ਨਹੀਂ ਸ਼ੱਕੇ ਉਹਨਾਂ ਕੋਲ 2-3 ਸਾਲ ਬਾਅਦ ਗਏ ਜੀ ਅਸੀਂ ਉੱਥੇ ਬੈਠੇ ਚਾਹ ਪਾਣੀ ਪੀਤਾ ਉਹ ਸਾਣੀ ਬਾਬਾ ਜੀ ਥਰੂ ਮਾਰੇ ਦਰਸ਼ਨਦਾਸ ਜੀ ਨਾਲ ਜੁੜੇ ਸੀਗੇ ਜੀ ਦਾਸਰ ਭਜਨ ਸਿੰਘ ਉਹਨਾਂ ਦਾ ਨਾਮ ਹੈ ਜੀ ਤੇ ਉਹ ਕਹਿੰਦਾ ਉਹ ਇੱਕ ਦਿਨ ਸਾਣੀ ਬਾਬਾ ਜੀ ਦਾ ਸਾత్సੰਗ ਸੀਗਾ ਸ਼ਾਦ ਰੇ ਜੀ ਕਹਿੰਦੇ ਅਸੀਂ ਸਾਰਾ ਸਾਰਾ ਪਰਿਵਾਰ ਸਾత్సੰਗ ਚ ਗਏ ਕਹਿੰਦੇ ਸਾਡੀ ਵਿਚ ਵਾਲੀ ਤਿੰਨ ਲੜਕੀਆਂ ਉਹਨਾਂ ਦੀ ਇੱਕ ਮੁੰਡਾ ਹੈਗਾ ਜੀ ਕਹਿੰਦੇ ਵਿਚ ਵਾਲੀ ਲੜਕੀ ਨੂੰ ਸਾਨੀ ਬਾਬਾ ਜੀ ਕਹਿੰਦੇ ਉਹਨਾਂ ਦੇ ਜਾਨੀ ਜਾਨ ਸੀਗੇ ਬਾਬਾ ਜੀ ਕਹਿੰਦੇ ਪੁੱਤਰ ਉਹਦੇ ਦਿਲ 'ਚ ਕੋਈ ਹੋਈ ਗੀ ਗੱਲ ਕਹਿੰਦੇ ਪੁੱਤਰ ਮੰਗ ਲੈ ਜੋ ਮੰਗਣਾ ਜੀ ਜੀ ਕਹਿੰਦੇ ਬਾਬਾ ਜੀ ਮੈਨੂੰ ਮਹਾਰਾਜ ਦਰਸ਼ਨ ਦਾਸ ਜੀ ਦੇ ਦਰਸ਼ਨ ਕਰਵਾ ਦਿਓ ਮੈਂ ਉਹਦੀਆਂ ਗੱਲਾਂ ਸੁਣ ਸੁਣ ਕੇ ਦਰਸ਼ਨ ਦਾਸ ਦਾ ਇਤਿਆਸ ਸੁਣ ਸੁਣ ਕੇ ਤੁਹਾਡੇ ਕੋਲੋਂ ਤੁਸੀਂ ਮਹਾਰਾਜ ਦੀਆਂ ਗੱਲਾਂ ਜਿਹੜੇ ਸੁਣਾਉਂਦੇ ਉਹਦੇ ਮੈਂ ਬੜੀ ਸਾਨੂੰ ਚਾਹ ਆਉਂਦੀ ਹੈ ਕਿ ਅਸੀਂ ਮਹਾਰਾਜ ਦਰਸ਼ਨ ਦਾ ਦੇ ਦਰਸ਼ਨ ਕਰੀਏ ਤੇ ਕਹਿ ਲਗੇ ਪੁੱਤਰ ਕਹਿ ਲਗੀ ਮੈਨੂੰ ਦਰਸ਼ਨ ਦਾਸ ਦੇ ਦਰਸ਼ਨ ਕਰਾ ਦਿਓ ਕਹਿੰਦੇ ਪੁੱਤਰ ਅੱਖਾਂ ਬੰਦ ਕਰ ਅੱਖਾਂ ਬੰਦ ਕਰਵਾ ਕੇ ਉਹਨਾਂ ਮੱਥੇ ਤੇ ਹੱਥ ਰੱਖਿਆ ਜੀ ਕੁੜੀ ਦੇ ਤੇ ਕੁੜੀ ਨੂੰ ਦਰਸ਼ਨ ਹੋਏ ਮਹਾਰਾਜ ਦਰਸ਼ਨ ਦਾਸ ਜੀ ਦੇ ਉਹ ਦਾਸ ਜੀ ਕਹਿੰਦੇ ਕਿ ਅਸੀਂ ਉਹਨੇ ਕੋ ਪੁੱਛਿਆ ਕੁੜੀ ਨੂੰ ਪੁੱਤਰ ਕਿਵੇਂ ਦਰਸ਼ਨ ਹੋਏ ਸੀ ਦੱਸ ਸਾਨੂੰ ਵੀ ਜੀ ਕਹਿਣ ਲੱਗੇ ਜੀ ਉੱਪਰੋਂ ਕਿ ਪ੍ਰਕਾਸ਼ ਆਇਆ ਜੀ ਆਕਾਸ਼ ਤੋਂ ਇੱਕ ਪ੍ਰਕਾਸ਼ ਆਇਆ ਪ੍ਰਕਾਸ਼ ਆ ਕੇ ਉਹਨੂੰ ਪ੍ਰਕਾਸ਼ ਕਹਿ ਲੋ ਲਾਈਟ ਕਹਿ ਲੋ ਜੋਤ ਕਹਿ ਲੋ ਜੋ ਮਰਜ਼ੀ ਨਾਮ ਦੇ ਸਕਦੇ ਜੀ 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 ਗਿਆਨ ਲੱਗੀ ਕਿ ਉਹ ਪਾਇਆ ਆ ਕੇ ਮਹਾਰਾਜ ਦਰਸ਼ਨਦਾਸ ਜੀ ਦਾ ਰੂਪ ਧਾਰਨ ਕਰ ਲਿਆ ਉਹਨੇ ਜੀ ਇਹ ਵੀ ਇੱਕ ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਦਰਸ਼ਨਦਾਸ ਜੀ ਆਪ ਰੱਬ ਤਰਤੀ ਤੇ ਆਏ ਉਹ ਪ੍ਰਕਾਸ਼ ਦੇ ਉਸ